ਭਾਰਤ ਦੀ ਆਜ਼ਾਦੀ ਦੇ ਵਾਸਤੇ ਸਭ ਤੋਂ ਵੱਧ ਯੋਗਦਾਨ ਜਿਹੜਾ ਉਹ ਸਿੱਖਾਂ ਨੇ ਪਾਇਆ ਸੀ 1947 ਦੀ ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਲੀਡਰਾਂ ਦੇ ਵੱਲੋਂ ਸਿੱਖਾਂ ਦੇ ਨਾਲ ਵਾਅਦਾ ਕੀਤਾ ਗਿਆ ਕਿ ਆਜ਼ਾਦ ਭਾਰਤ ਵਿੱਚ ਤੁਹਾਨੂੰ ਇੱਕ ਵੱਖਰਾ ਖੇਤਾ ਦਿੱਤਾ ਜਾਵੇਗਾ ਜਿਹਦੇ ਵਿੱਚ ਰਹਿ ਕੇ ਸਿੱਖ ਆਜ਼ਾਦੀ ਦਾ ਨਿਗਮਾਨ ਸਕਣਗੇ ਲੇਕਿਨ ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੀ ਬਹੁ ਗਿਣਤੀ ਦੇ ਲੀਡਰ ਜਿਹੜੇ ਸਨ ਇਸ ਗੱਲ ਤੋਂ ਮੁਨਕਰ ਹੋ ਗਏ ਉਨਾਣੇ ਸਿੱਖਾਂ ਨੂੰ ਕੋਈ ਵੀ ਰਾਖਵਾ ਕਰਮ ਦੇਣ ਤੋਂ ਸਾਫ਼ ਇਨਕਾਰ ਕਰਦਾ ਬਲਕਿ ਜਿਹੜੇ ਸਿੱਖਾਂ ਦੇ ਹੱਕ ਸੀ ਉਹਨਾਂ ਨੂੰ ਵੀ ਨੱਪਣ ਦੀ ਕੋਸ਼ਿਸ਼ ਕੀਤੀ ਜਿਵੇਂ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਜਿਹੜਾ ਸਿੱਕਾ ਸਾਤਾਰੀ ਹਿੰਦੂ ਲਿਖ ਦਿੱਤਾ ਗਿਆ ਆ ਪੰਜਾਬ ਜਿਹੜਾ ਸੀ ਉਹਨੂੰ ਕੱਟ ਵੱਢ ਕੇ ਨਿਗੀ ਜੀ ਸੂਬੇ ਬਣਾ ਕੇ ਸਿੱਖਾਂ ਦੇ ਮੱਥੇ ਮੜ ਦਿੱਤੇ ਗਏ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਬਰਸ਼ਿਪ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਮਤਾ ਤਿਆਰ ਕੀਤਾ ਜਿਸ ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਕਿਹਾ ਗਿਆ ਜੇ ਇਹਦੇ ਵਿੱਚ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਹੀ ਗਈ ਜਿਹਦੇ ਵਿੱਚ ਸ਼੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਰਜਾ ਦੇਣ ਦੀ ਗੱਲ ਕਹੀ ਗਈ ਐਵੇਂ ਕਰਕੇ ਸਿੱਖਾਂ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਸੰਬੰਧਤ ਕੁਝ ਮੰਗਾਂ ਜਿਹੜੀਆਂ ਸੀ ਉਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਇਸ ਮਤੇ ਨੂੰ ਹਿੰਦੂ ਮੀਡੀਆ ਦੇ ਵੱਲੋਂ ਜਿਹੜਾ ਸੀ ਬਹੁਤ ਜ਼ਿਆਦਾ ਭੰਡਿਆ ਗਿਆ ਇਹਨੂੰ ਵੱਖਵਾਦੀ ਮਤਾ ਕਿਹਾ ਗਿਆ ਖਾਸ ਕਰਕੇ ਜਗ ਬਾਣੀ ਅਖਬਾਰ ਦੇ ਐਡੀਟਰ ਅਨ ਲਾਲਾ ਜੱਤ ਨਾਇਨ ਦੇ ਵੱਲੋਂ ਜਿਹੜਾ ਸੀ بار بار ਅਨੰਦਪੁਰ ਸਾਹਿਬ ਦੇ ਮਤੇ ਦੇ ਖਿਲਾਫ ਸਿੱਖਾਂ ਦੇ ਖਿਲਾਫ ਬਹੁਤ ਜ਼ਿਆਦਾ ਜ਼ਹਿਰ ਜਿਹੜਾ ਸੀ ਉਗਲਿਆ ਜਾ ਰਿਹਾ ਸੀ ਇਥੋਂ ਤੱਕ ਕਿ ਪੰਜਾਬੀ ਦੇ ਬਾਰੇ ਗੁਰਮੁਖੀ ਦੇ ਬਾਰੇ ਵੀ ਜਿਹੜਾ ਸੀ ਉਹ ਬਹੁਤ ਜ਼ਿਆਦੀਆਂ ਘਟਿਆ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਉਹਦੇ ਖਿਲਾਫ ਵੀ ਜ਼ਹਿਰ ਜਿਹੜਾ ਉਗਲਿਆ ਜਾ ਰਿਹਾ ਸੀ ਤਾਂ ਹੋਇਆ ਕਿ ਜਿਸ ਵੇਲੇ ਦੇ ਨਾਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ 13 April 1978 ਨੂੰ ਨਕਲੀ ਨਿਰੰਕਾਰੀਆਂ ਨੇ ਆਣ ਕੇ ਸਿੱਖਾਂ ਦੇ ਉੱਪਰ ਗੋਲੀ ਚਲਾਈ ਜਿਹਦੇ ਵਿੱਚ 13 ਦੇ ਕਰੀਬ ਸਿੱਖ ਜਿਹੜੇ ਸਨ ਚੇਹੇ ਦੇ ਹੋ ਗਏ 78 ਦੇ ਕਰੀਬ ਜ਼ਖਮੀ ਹੋ ਗਏ ਤਾਂ ਥੋੜੇ ਸਮੇਂ ਬਾਅਦ ਜਾ ਕੇ ਉਹ ਨਰਕ ਭਾਰੀ ਮੁਖੀ ਗਰਬਚਨੇ ਨੂੰ ਜਿਹੜਾ ਸੀ ਬਾਇਜ਼ਤ ਰਿਹਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਖਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਰੋਸ ਜਾਗ ਗਿਆ ਬਹੁਤ ਜ਼ਿਆਦਾ ਰੋਸ ਆ ਗਿਆ ਔਰ ਕੁਝ ਗੁਰੂ ਕੇ ਸਿੱਖਾਂ ਨੇ ਜਿਹੜਾ ਸੀ ਨਿਰੰਕਾਰੀ ਮੁਖੀ ਨੂੰ ਕਤਲ ਕਰ ਦਿੱਤਾ ਉਸ ਸਮੇਂ ਦੌਰਾਨ ਵੀ ਲਾਲਾ ਜਗਤ ਨਾਰਾਇਣ ਜਿਹੜਾ ਸੀ ਸਿੱਖਾਂ ਦੇ ਖਿਲਾਫ ਬਹੁਤ ਜ਼ਿਆਦਾ ਘਟਿਆ ਸ਼ਬਦਾਵਲੀ ਵਰਤ ਰਿਹਾ ਸੀ ਇਥੋਂ ਤੱਕ ਜਿਵੇਂ ਉਹ ਸਿੱਖਾਂ ਦੇ ਖਿਲਾਫ ਲਿਖ ਰਿਹਾ ਸੀ ਉਹ ਸਿੱਖ ਗੁਰੂ ਸਾਹਿਬਾਨ ਦੇ ਵੀ ਖਿਲਾਫ ਜਿਹੜਾ ਉਹ ਲਿਖਦਾ ਪਿਆ ਸੀ ਤਾਂ ਉਸ ਵੇਲੇ ਦੇ ਨਾਲ ਸਿੱਖਾਂ ਦੇ ਮਨ ਵਿੱਚ ਜਦੋਂ ਬਹੁਤ ਜ਼ਿਆਦਾ ਰੋਸ ਸੀ ਤਾਂ ਲੁਧਿਆਣੇ ਦੇ ਨੇੜੇ ਜਦੋਂ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਲਾਲਾ ਜਗਤ ਨਾਰਾਇਣ ਜਾ ਰਿਹਾ ਸੀ ਤਾਂ ਉਸ ਵੇਲੇ ਕੁਝ ਗੁਰੂ ਕੇ ਸਿੱਖਾਂ ਨੇ ਉਸ ਨੂੰ ਸੌਦਾ ਲਾ ਦਿੱਤਾ ਭਾਵ ਉਹਨੂੰ ਮਾਰ ਦਿੱਤਾ ਗਿਆ 9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਦਾ ਕਤਲ ਹੋ ਜਾਂਦਾ ਹੈ ਇਸ ਕਤਲ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਭਤੀਜੇ ਨਛੱਤਰ ਸਿੰਘ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੁੰਦੀ ਹੈ ਤਾਂ ਜਿਸ ਵੇਲੇ ਦੇ ਨਾਲ ਲਾਲਾ ਜਗਤਨ ਰਾਣ ਦਾ ਕਤਲ ਹੁੰਦਾ ਹੈ ਤਾਂ ਅਗਲੇ ਦਿਨ ਜਲੰਧਰ ਦੇ ਵਿੱਚ ਜਦੋਂ ਉਹਦਾ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਕੁਝ ਲੋਕਾਂ ਦੇ ਵੱਲੋਂ ਜਿਹੜੇ ਸੀ ਪੜਕਾਉ ਭਾਸ਼ਣ ਦਿੱਤੇ ਗਏ ਪੜਕਾਉ ਨਾਰੇ ਲਾਏ ਗਏ ਸਿੱਖਾਂ ਦੇ ਉੱਪਰ ਹਮਲੇ ਕੀਤੇ ਗਏ ਅਤੇ ਸਿੱਖਾਂ ਦੇ ਖਿਲਾਫ ਬੋਲਿਆ ਗਿਆ ਪੁਲਿਸ ਜਿਹੜੀ ਸੀ ਸਾਰਾ ਕੁਝ ਵੇਖਦੀ ਰਹੀ ਪੁਲਿਸ ਨੇ ਜਿਹੜਾ ਸੀ ਉਹ ਢਕਾਉ ਕੰਮ ਕਰਨ ਵਾਲਿਆਂ ਦੇ ਖਿਲਾਫ ਕੋਈ ਐਕਸ਼ਨ ਜਿਹੜਾ ਉਹ ਨਹੀਂ ਕੀਤਾ ਜਿਹਦੇ ਤੋਂ ਬਾਅਦ ਸਿੱਖਾਂ ਦੇ ਮਨ ਵਿੱਚ ਵੀ ਬਹੁਤ ਜ਼ਿਆਦਾ ਰੋਸ ਪੈਦਾ ਹੋ ਜਾਂਦਾ ਹੈ ਤਾਂ ਹੋਇਆ ਕਿ ਉਸ ਵੇਲੇ ਦੇ ਨਾਲ ਫਿਰ ਜਿਹੜਾ ਲਾਲਾ ਜ਼ਗਤਨਾਰਾਇਣ ਦਾ ਕਤਲ ਸੀ ਉਹਦਾ ਇਲਜ਼ਾਮ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਮੱਥੇ ਦੇ ਉੱਪਰ ਮੜਿਆ ਜਾਂਦਾ ਹੈ ਤਾਂ ਉਸ ਵੇਲੇ ਪੁਲਿਸ ਨੇ ਜਿਹੜਾ ਪਰਚਾ ਸੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਦਰਜ ਕਰ ਲਿਆ ਉਹ ਸਵੇਰੇ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਵਾਲੇ ਚੰਦੋਕਲਾ ਦੇ ਵਿੱਚ ਸੀ ਚੰਦੋਕਲਾ ਦੇ ਵਿੱਚ ਜਿਹੜਾ ਸੀ ਉਹ ਹਰਿਆਣੇ ਦੇ ਵਿੱਚ ਸਨ ਤਾਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਜਾਂਦੀ ਹੈ ਸੰਤ ਜਿਹੜੇ ਸਨ ਉੱਥੋਂ ਨਿਕਲ ਆਉਂਦੇ ਆ ਤੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਥੋੜੀ ਦੂਰ ਉਹਨਾਂ ਦਾ ਹੈੱਡਕੁਆਰਟਰ ਮਹਿਤਾ ਚੌਂਕ ਪਹੁੰਚ ਜਾਂਦੇ ਆ ਜਦੋਂ ਪੁਲਿਸ ਉੱਥੇ ਚੰਦੋਕਲਾ ਵਿੱਚ ਗ੍ਰਿਫਤਾਰ ਕਰਨ ਵਾਸਤੇ ਜਾਂਦੀ ਹੈ ਤਾਂ ਸੰਤ ਉੱਥੇ ਨਹੀਂ ਮਿਲਦੇ ਗੁੱਸੇ ਵਿੱਚ ਆਈ ਪੁਲਿਸ ਜਿਹੜੀ ਹੈ ਉਹ ਕੁਝ ਬੱਸਾਂ ਨੂੰ ਆਗ ਲਾ ਦਿੰਦੀ ਹੈ ਜਿਹੜੀਆਂ ਬਸਾਂ ਦੇ ਵਿੱਚ ਬੁੜਕਾ ਸਾਹਿਬ ਸੇ ਗੁਰਬਾਣੀ ਦੇ ਗੁੜਕੇ ਸੀ ਔਰ ਕੁਝ ਹੋਰ ਕੀਮਤੀ ਸਮਾਨ ਸੀ ਬਸਾਂ ਨੂੰ ਸਾੜ ਦਿੱਤਾ ਜਾਂਦਾ ਹੈ ਬੁੜਕੇ ਸਾਹਿਬ ਸਾੜ ਦਿੱਤੇ ਜਾਂਦੇ ਹੈ ਗੁਰਬਾਣੀ ਦੀ ਬੇਦਬੀ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਤਾਂ ਫਿਰ ਜਿਸ ਵੇਲੇ ਮਹਿਤਾ ਹੈੱਡਕੁਆਟਰ ਦੇ ਉੱਪਰ ਸੰਤ ਗਿਆਨੀ ਜਰਨੈਲ ਸਿੰਘ ਪਿੰਡਾਂ ਵਾਲੇ ਆਉਂਦੇ ਹੈ ਤਾਂ ਫਿਰ ਉਹ ਐਲਾਨ ਕਰਦੇ ਹੈ ਕਿ ਮੈਂ 20 ਸਤੰਬਰ ਵਾਲੇ ਦਿਨ ਗ੍ਰਿਫਤਾਰੀ ਦੇਣ ਵਾਸਤੇ ਤਿਆਰ ਹਾਂ ਤਾਂ ਸੰਤ ਗਿਆਨੀ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ 20 ਸਤੰਬਰ ਵਾਲੇ ਦਿਨ ਗ੍ਰਿਫਤਾਰ ਕਰਨ ਵਾਸਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਜਿਹੜੀ ਆਉਂਦੀ ਹੈ ਜੇ ਪੁਲਿਸ ਫੋਰਸ ਦੀ ਗੱਲ ਕੀਤੀ ਜਾਵੇ ਤਾਂ ਟ੍ਰਿਬਿਊਨ ਅਖਬਾਰ ਦੇ ਮੁਤਾਬਕ ਜਿਹੜਾ ਸੀ ਬੀਐਸਐਫ ਦੇ 1200 ਕਮਾਂਡੋ ਆਉਂਦੇ ਆ ਪੀਏਪੀ ਦੇ 4500 ਜਿਹੜੇ ਪੁਲਿਸ ਜਵਾਨ ਆਉਂਦੇ ਆ ਤਾਂ ਪੰਜਾਬ ਪੁਲਿਸ ਦੇ 10000 ਸਿਪਾਈ ਜਿਹੜੀ ਉੱਥੇ ਤਾਇਨਾਤ ਕੀਤੇ ਜਾਂਦੇ ਆ ਦੂਜੇ ਪਾਸੇ ਸੰਤ ਗਿਆਨੀ ਜਰਮਾਲ ਸਿੰਘ ਉਸ ਦਿਨ ਵੱਡਾ ਇੱਕ ਦਿਵਾਨ ਕਰਦੇ ਵੱਡੀ ਕਾਨਫਰੰਸ ਕਰਦੇ ਆ ਜਿਹਦੇ ਵਿੱਚ 3 ਲੱਖ ਤੋਂ ਵੱਧ ਸਿੱਖ ਜਿਹੜੇ ਆ ਉਥੇ ਸ਼ਾਮਲ ਹੁੰਦੇ ਆ ਤਾਂ ਉਹਦੇ ਵਿੱਚ ਉਸ ਵੇਲੇ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੇਵ ਸਿੰਘ ਵੀ ਹੁਣ ਵੀ ਆਉਂਦੇ ਆ ਤਾਂ ਹੋਰ ਜਿਹੜੇ ਅਕਾਲੀ ਲੀਡਰ ਸਨ ਉਹ ਵੀ ਉਥੇ ਪਹੁੰਚਦੇ ਆ ਤਾਂ ਉਸ ਵੇਲੇ ਸਿੱਖਾਂ ਨੇ ਵਾਰਨਿੰਗ ਦਿੱਤੀ ਕਿ ਸੰਤ ਗਿਆਨੀ ਜਰਨੈਲ ਸਿੰਘ ਪਿੰਡਾਂ ਵਾਲਿਆਂ ਦਾ ਜਿਵਾਲ ਵਿੰਗਾ ਵੀ ਹੋਇਆ ਤੇ ਸਿੱਖ ਜਿਹੜੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਤਾਂ ਫਿਰ ਸ਼ਾਮ ਦੇ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਉੱਥੇ ਸਿੱਖ ਨੌਜਵਾਨ ਸਨ ਤੇ ਪੁਲਿਸ ਸੀ ਉਹਦੇ ਵਿੱਚ ਟਕਰਾਅ ਹੋ ਜਾਂਦਾ ਹੈ ਪੁਲਿਸ ਜਿਹੜੀ ਹੈ ਟੀਅਰ ਗੈਸ ਦੇ ਗੋਲੇ ਸੁੱਟਦੀ ਹੈ ਸਿੱਖਾਂ ਦੇ ਉੱਪਰ ਲਾਠੀ ਚਾਰਜ ਕਰਦੀ ਹੈ ਇੱਥੋਂ ਤੱਕ ਫਾਇਰਿੰਗ ਵੀ ਕਰਦੀ ਹੈ ਉਸ ਫਾਇਰਿੰਗ ਦੇ ਵਿੱਚ 22 ਸਿੱਖ ਜਿਹੜੇ ਸਨ ਉਹ ਸ਼ਹੀਦ ਹੋ ਜਾਂਦੇ ਆ ਜਿਨ੍ਹਾਂ ਦੇ ਅੱਜ ਤੱਕ ਕੇਵਲ 11 ਨਾਂ ਹੀ ਮਿਲ ਸਕੇ ਬਾਕੀਆਂ ਦੇ ਬਾਰੇ ਪਤਾ ਨਹੀਂ ਲੱਗ ਸਕਿਆ ਸੀ ਤਾਂ ਇਸ ਤਰ੍ਹਾਂ ਦੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਜਿਹੜਾ ਉਹ ਗ੍ਰਿਫਤਾਰ ਕਰਨਿਆ ਜਾਂਦਾ ਹੈ ਬਲਕਿ ਗੁੱਸੇ ਵਿੱਚ ਆਏ ਕੁਝ ਸਿੱਖ ਨੌਜਵਾਨਾਂ ਨੇ ਜਿਹੜੀਆਂ ਸੀ ਦੋ ਥਾਵਾਂ ਦੇ ਉੱਪਰ ਗੋਲੀਆਂ ਵੀ ਚਲਾਈਆਂ ਜਿਹਦੇ ਵਿੱਚ ਕੁਝ ਲੋਕਾਂ ਦੀ ਮੌਤ ਵੀ ਹੋ ਗਈ ਸੀ ਤਾਂ ਆਖਰਕਾਰ ਜਿਸ ਵੇਲੇ ਦੇ ਨਾਲ ਨਸੰਦਗਿਆਨੀ ਸਰਨੈਲ ਸਿੰਘ ਭਿੰਡਰਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਥਾਂ ਥਾਂ ਦੇ ਉੱਪਰ ਸਿੱਖ ਇਸ ਗੱਲ ਦਾ ਵਿਰੋਧ ਕਰਦੇ ਆ ਤਾਂ ਵਿਰੋਧ ਕਰਨ ਤੋਂ ਬਾਅਦ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਆਉਂਦੀ ਹੈ ਤੇ ਅਕਾਲੀ ਲੀਡਰਸ਼ਿਪ ਨੂੰ ਮੀਟਿੰਗ ਕਰਨ ਵਾਸਤੇ ਬੁਲਾਇਆ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਾਫ਼ ਇਨਕਾਰ ਕਰਤਾ ਜਿੰਨੇ ਸਮੇਂ ਵਾਸਤੇ ਸੰਤ ਜਰਨੈਲ ਸਿੰਘ ਨੂੰ ਰਹਾ ਨਹੀਂ ਕੀਤਾ ਜਾਂਦਾ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਵਾਸਤੇ ਤਿਆਰ ਨਹੀਂ ਹਾਂ ਤਾਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਨੇਡਰਾਂ ਨੇ 45 ਮੰਗਾਂ ਲੇਖ ਕੇ ਜਿਹੜੀਆਂ ਸੀ ਉਹਦਾ ਇੱਕ ਚਾਰਟ ਬਣਾ ਕੇ ਇੰਦਰਾ ਗਾਂਧੀ ਨੂੰ ਜ਼ਰੂਰ ਭੇਜ ਦਿੱਤਾ ਕਿ ਆ ਸਿੱਖਾਂ ਦੀਆਂ 45 ਮੰਗਾਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਣ ਇਹ ਮੰਨ ਲਈਆਂ ਜਾਣ ਲੇਕਿਨ ਕਾਲੀ ਲੀਡਰਸ਼ਿਪ ਜਿਹੜੀ ਸੀ ਉਹ ਇੰਦਰਾ ਦੇ ਨਾਲ ਮੀਟਿੰਗ ਕਰਨ ਵਾਸਤੇ ਨਹੀਂ ਜਾਂਦੀ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਹੋਏ ਸਿੱਖ ਜਿਹੜੇ ਸਨ ਜਿਨ੍ਹਾਂ ਦੇ ਵਿੱਚ ਦਾਲ ਖਾਲਸਾ ਦੇ ਮੁਖੀ ਜਿਹੜੇ ਗੁਰਜਿੰਦਰ ਸਿੰਘ ਸੀ ਉਹਨਾਂ ਨੇ 29 ਸਤੰਬਰ 1981 ਵਾਲੇ ਦਿਨ 에ਅਰ ਇੰਡੀਆ ਦਾ ਜਹਾਜ਼ ਜਿਹੜਾ ਸੀ ਉਹ ਅਗਵਾ ਕਰ ਲਿਆ ਅਗਵਾ ਕਰਕੇ ਉਹ ਜਿਹੜਾ ਜਹਾਜ਼ ਹੈ ਉਹ ਲਾਹੌਰ ਦੇ ਵਿੱਚ ਲੈ ਜਾਂਦੇ ਆ ਤਾਂ ਉਹਨਾਂ ਨੇ ਉਸ ਵੇਲੇ ਆਪਣੀਆਂ ਚਾਰ ਸ਼ਰਤਾਂ ਰੱਖੀਆਂ ਕਿ ਜੇ ਤੁਸੀਂ ਚਾਰ ਸ਼ਰਤਾਂ ਸਾਡੀਆਂ ਮੰਨ ਲੋ ਅਸੀਂ ਇਹ ਜਿਹੜਾ ਅਗਵਾ ਕੀਤਾ ਜਹਾਜ਼ ਹੈ ਨੂੰ ਅਸੀਂ ਛੱਡ ਦਿਆਂਗੇ ਉਹਦੇ ਵਿੱਚ ਪਹਿਲੀ ਸ਼ਰਤ ਸੀ ਕਿ ਸੰਤ ਗੈਨੀ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਰਿਹਾਈ ਹੋਣੀ ਚਾਹੀਦੀ ਹੈ। ਦੂਸਰੀ ਸ਼ਰਤ ਜਿਹੜੀ ਸੀ ਕਿ ਜੇਲ੍ਹਾਂ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਪੜ੍ਹੇ ਹੋਏ ਐ ਉਹਨਾਂ ਨੂੰ ਰਿਹਾ ਕੀਤਾ ਜਾਵੇ। ਜਿਹੜੇ ਅਗਵਾਕਾਰ ਐ ਜਿਨ੍ਹਾਂ ਨੇ ਅਗਵਾਹ ਕੀਤਾ ਉਹਨਾਂ ਨੂੰ 5 ਲੱਖ ਡਾਲਰ ਜਿਹੜੇ ਉਹ ਦਿੱਤੇ ਜਾਣ। ਤਾਂ ਜਿਨ੍ਹਾਂ ਨੂੰ ਮਹਿਤੇ ਚੌਂਕ ਦੇ ਵਿੱਚ ਪੁਲਿਸ ਵੱਲੋਂ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਜਿਹੜਾ ਮੁਆਵਜ਼ਾ ਦਿੱਤਾ ਜਾਵੇ। ਪਰ ਥੋੜੇ ਸਮੇਂ ਬਾਅਦ ਹੀ ਜਿਹੜਾ ਸੀ ਉਹ ਉਹ ਜਿਹੜਾ ਜਹਾਜ਼ ਸੀ ਉਹ ਅਗਵਾ ਕੀਤਾ ਹੋਇਆ ਉਹ ਪੁਲਿਸ ਨੇ ਛਡਵਾ ਲਿਆ ਤਾਂ ਬਾਅਦ ਵਿੱਚ ਉਹਨਾਂ ਸਿੱਖਾਂ ਨੂੰ ਜਿਹੜਾ ਉਹ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤਾਂ ਸੰਦਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਿਹਾਈ ਦੇ ਵਾਸਤੇ ਥਾਂ-ਥਾਂ ਦੇ ਉੱਪਰ ਜਿਹੜਾ ਸੀ ਸਿੱਖਾਂ ਵੱਲੋਂ ਰੋਸ ਮਾਰਚ ਜਿਹੜੇ ਉਹ ਕੀਤੇ ਜਾ ਰਹੇ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ 27 ਸਤੰਬਰ ਨੂੰ ਲੁਧਿਆਣੇ ਦੇ ਗੁਰਦੁਆਰਾ ਆਲਮਗੀਰ ਸਾਹਿਬ ਦੇ ਵਿੱਚ ਇੱਕ ਮੀਟਿੰਗ ਕੀਤੀ ਤਾਂ ਮੀਟਿੰਗ ਕਰਕੇ ਇਸ ਗੱਲ ਦਾ ਐਲਾਨ ਕੀਤਾ ਕਿ ਜੇ 17 ਅਕਤੂਬਰ ਤੱਕ ਸੰਤ ਜਰਨੈਲ ਸਿੰਘ ਉਹਨਾਂ ਨੂੰ ਰਿਹਾਰ ਨਾ ਕੀਤਾ ਤੇ 18 ਅਕਤੂਬਰ 1981 ਤੋਂ ਸਿੱਖ ਜਿਹੜੇ ਆ ਨਾ ਫਰਮਾਨੀ ਜਿਹੜੀ ਲਹਿਰ ਹੈ ਉਹ ਚਲਾਉਣਗੇ ਜਿਸ ਤੋਂ ਬਾਅਦ ਪੰਜਾਬ ਦੀ ਜਿਹੜੀ ਸਰਕਾਰ ਸੀ ਉਹਨੇ ਜਾ ਕੇ ਇੰਦਰਾ ਦੇ ਨਾਲ ਮੀਟਿੰਗ ਕੀਤੀ ਦੇਸ਼ ਦੀ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਕੀਤੀ ਤੇ ਕਿਹਾ ਜੇ ਪੰਜਾਬ ਨੂੰ ਅੱਗ ਲਾਉਣ ਤੋਂ ਬਚਾਉਣਾ ਹੈ ਤਾਂ ਫਿਰ ਉਹਦੇ ਵਾਸਤੇ ਸੰਤ ਜਰਨੈਲ ਸਿੰਘ ਨੂੰ ਰਿਹਾਆ ਕਰਨਾ ਪਵੇਗਾ ਦੂਜੇ ਪਾਸੇ ਪੁਲਿਸ ਨੇ ਵੀ ਸੰਤ ਜਰਨੈਲ ਸਿੰਘ ਉਹਨਾਂ ਕੋਲੋਂ ਪੂਰੀ ਤਰ੍ਹਾਂ ਤੇ ਪੋਸ਼ਪੜਤਾਲ ਜਿਹੜੀ ਉਹ ਕਰ ਲਈ ਸੀ ਲੇਕਿਨ ਉਹਨਾਂ ਦੇ ਕੋਲੋਂ ਕੋਈ ਵੀ ਸਬੂਤ ਜਿਹੜਾ ਉਹ ਨਹੀਂ ਸੀ ਮਿਲ ਸਕਿਆ ਜਿਸ ਤੋਂ ਬਾਅਦ ਆਖਰਕਾਰ 15 ਅਕਤੂਬਰ 1981 ਨੂੰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚੋਂ ਰਿਹਾਆ ਕਰ ਦਿੱਤਾ ਗਿਆ ਸੀ ਤਾਂ ਉਸ ਵੇਲੇ ਸਿੱਖ ਜਿਹੜੇ ਸਨ ਵੱਡੀ ਗਿਣਤੀ ਵਿੱਚ ਸੰਤਾਂ ਨੂੰ ਜੀ ਆਇਆਂ ਆਖਣ ਵਾਸਤੇ ਜਾਂਦੇ ਆ ਇਹ ਸੀ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਗ੍ਰਿਫਤਾਰੀ ਤਾਂ ਗ੍ਰਿਫਤਾਰੀ ਤੋਂ ਥੋੜੇ ਦਿਨ ਬਾਅਦ 15 ਅਕਤੂਬਰ ਵਾਲੇ ਦਿਨ ਸੰਤਾਂ ਦੀ ਰਿਹਾਈ ਹੋ ਜਾਂਦੀ ਹੈ ਇਵੇਂ ਕਰਕੇ ਫਿਰ ਸਿੱਖ ਜਿਹੜੇ ਸਨ ਉਹ ਆਪਣੀ ਹੱਕੀ ਮੰਗਾਂ ਦੇ ਲਈ ਜਦੋਜਹਦ ਕਰਦੇ ਆ ਤੇ ਅੱਜ ਤੱਕ ਕਰ ਰਹੇ ਆ ਲੇਕਿਨ ਅਜੇ ਤੱਕ ਵੀ ਕੁਝ ਵੀ ਪ੍ਰਾਪਤੀ ਜਿਹੜੀ ਉਹ ਨਹੀਂ ਹੋ ਸਕੇ